ਲਿੰਗ ਦਾ ਆਕਾਰ ਵਧਾਉਣ ਵਾਸਤੇ, ਬੂਬਸ ਦਾ ਸਾਈਜ਼ ਵਧਾਉਣ ਵਾਸਤੇ, ਫੈਟ ਘਟਾਉਣ ਵਾਸਤੇ ਕਈ ਤਰ੍ਹਾਂ ਦੀਆਂ ਟੈਬਲੇਟਸ, ਕੈਪਸੂਲਸ, ਓਇਲਸ ਸਭ ਕੁਝ ਵਿਕ ਰਿਹਾ। ਪਰ ਮੇਰਾ ਇੱਕ ਸਵਾਲ ਆ ਉਹਨਾਂ ਲੋਕਾਂ ਵਾਸਤੇ ਵੀ ਆਹ ਜੀ ਮੇਰੀ ਉਂਗਲ ਆ, ਇਹਦੇ ਉੱਤੇ ਦੱਸੋ ਕੀ ਲਾਉਣਾ, ਇਹਦਾ ਤੁਸੀਂ ਸਿਰਫ 1 ਇੰਚ ਅੱਗੇ ਵਧਾ ਕੇ ਦਿਖਾਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵੀਡੀਓ 'ਚ ਆਪਾਂ ਗੱਲ ਇਸ ਬਾਰੇ ਕਰਨੀ ਆ, ਜਿਹੜੇ ਨੌਜਵਾਨ ਵਰਗ ਸਾਡਾ ਇਸ ਸਿਲਸਿਲੇ ਦੇ ਵਿੱਚ ਉਲਝ ਰਿਹਾ ਵਾ ਵੀ ਸਾਡਾ ਲਿੰਗ ਦਾ ਜਿਹੜਾ ਆਕਾਰ ਆ ਉਹ ਛੋਟਾ ਵਾ, ਜਿਹੜਾ ਸਾਡੇ ਲਿੰਗ ਦਾ ਆਕਾਰ ਆ ਉਹ ਮੋਟਾ ਨਹੀਂ ਹੈਗਾ ਵਾ, ਇਸ ਤੁਹਾਡੇ ਦਿਮਾਗ ਦੇ ਵਿੱਚ ਥੋਟ ਕਿਵੇਂ ਆ ਰਿਹਾ ਵਾ? ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡਾ ਯੋਗਦਾਨ ਪੋਰਨ ਫਿਲਮਾਂ ਦਾ ਵਾ, ਬਲੂ ਫਿਲਮਾਂ ਦਾ ਵਾ। ਤੁਸੀਂ ਇੱਕ ਬਲੂ ਫਿਲਮ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਮੁੰਡਾ ਗ੍ਰਸਤ ਕਰ ਰਿਹਾ ਵਾ, ਸੈਕਸ ਕਰ ਰਿਹਾ ਵਾ, ਅੱਧੇ ਘੰਟੇ ਤੱਕ ਉਹ ਬੰਦਾ ਇੱਕ ਲੇਡੀ ਦੇ ਉੱਤੇ ਰਿਹਾ, ਉਹ ਸੈਕਸ ਕਰਦਾ ਰਿਹਾ, ਕੰਟੀਨਿਊਸਲੀ ਸੈਕਸ ਕਰਦਾ ਰਿਹਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ, ਜਿਹੜੀ ਫਿਲਮ ਤੁਸੀਂ ਥੀਏਟਰ 'ਚ 3 ਘੰਟੇ ਦੀ ਦੇਖ ਕੇ ਆਉਂਦੇ ਹੋ ਉਹਨੂੰ ਬਣਨ ਲਈ 6 ਮਹੀਨੇ ਲੱਗਦੇ, ਜਿਹੜੀ ਪੋਰਨ ਤੁਸੀਂ 30 ਮਿੰਟ ਦੀ ਦੇਖ ਰਹੇ ਹੋ ਵੀ ਉਹ ਬੰਦਾ 30 ਮਿੰਟ ਤੱਕ ਲਗਾਤਾਰ ਗ੍ਰਸਤ ਕਰਦਾ ਰਿਹਾ, ਤੁਹਾਡੇ ਦਿਮਾਗ ਦੇ ਅੰਦਰ ਡੋਪਾਮਾਈਨ ਰਿਲੀਜ਼ ਹੋ ਗਿਆ ਵੀ 30 ਮਿੰਟ ਤੱਕ ਗ੍ਰਸਤ ਹੋਣਾ ਚਾਹੀਦਾ ਵਾ। ਨੈਚੁਰਲ ਟਾਈਮਿੰਗ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਉਹ ਹੈਗੀ ਹੈ 3 ਤੋਂ ਲੈ ਕੇ 5 ਮਿੰਟ ਤੱਕ, ਹੱਦ ਤੋਂ ਹੱਦ 8 ਤੋਂ 10 ਮਿੰਟ। ਇਸ ਤੋਂ ਵੱਧ ਤੁਸੀਂ ਗ੍ਰਸਤ ਕਰਦੇ ਹੋ ਤਾਂ ਲੇਡੀ ਵੀ ਅੱਕ ਜਾਂਦੀ ਆ, ਲੇਡੀ ਵੀ ਨਹੀਂ ਬਰਦਾਸ਼ਤ ਕਰ ਪਾਉਂਦੀ ਇਸ ਤੋਂ ਜ਼ਿਆਦਾ ਟਾਈਮਿੰਗ, ਕਿਉਂਕਿ ਉਹ ਇੰਟੀਮੇਸੀ ਨਹੀਂ ਬਿਲਡ ਰਹਿੰਦੀ ਉਨਾ ਟਾਈਮ ਤੱਕ। ਹੁਣ ਹਾਲਾਤ ਕੀ ਹੋ ਗਏ, ਤੁਸੀਂ ਬਲੂ ਫਿਲਮ ਦੇ ਵਿੱਚ ਦੇਖ ਲਿਆ ਵੀ ਇੱਕ ਬੰਦੇ ਨੇ 30 ਮਿੰਟ ਤੱਕ ਸੈਕਸ਼ੁਅਲ ਟਾਈਮਿੰਗ ਕਰਦਾ ਰਿਹਾ, ਉਸ ਤੋਂ ਬਾਅਦ ਕਿਸੇ ਬੰਦੇ ਦੀ ਐਡ ਆ ਜਾਂਦੀ ਹੈ, ਜੇ ਤੁਸੀਂ ਵੀ ਇਹਦੇ ਵਾਂਗੂ ਪਰਫਾਰਮੈਂਸ ਕਰਨਾ ਚਾਹੁੰਦੇ ਹੋ ਤਾਂ ਜੀ ਆਹ ਗੋਲੀ ਖਾ ਲਓ, ਆਹ ਤੇਲ ਲਾ ਲਓ, ਇਹਦੇ ਨਾਲ ਇਸ ਤਰ੍ਹਾਂ ਦੀ ਚੀਜ਼ ਹੋ ਜਾਏਗੀ। ਅਗਰ ਤੁਹਾਡੇ ਲਿੰਗ ਦਾ ਆਕਾਰ ਛੋਟਾ ਵਾ, ਤੁਸੀਂ ਆਹ ਕੈਪਸੂਲ ਖਾਓ ਤਾਂ ਲਿੰਗ ਦਾ ਆਕਾਰ ਬਹੁਤ ਵੱਡਾ ਹੋ ਜੂਗਾ, ਘੋੜੇ ਵਰਗਾ ਲਿੰਗ ਦਾ ਆਕਾਰ ਹੋ ਜੂਗਾ, ਕਈ ਲੋਕ ਇਸ ਤਰ੍ਹਾਂ ਦੇ ਵੀ ਦਾਅਵੇ ਕਰਦੇ। ਮੇਰੀ ਬੇਨਤੀ ਆ ਨੌਜਵਾਨੋ, ਤੁਸੀਂ ਇਸ ਮੁਲਖ ਦਾ ਫਿਊਚਰ ਹੋ, ਤੁਹਾਨੂੰ ਲੋਕ ਬੇਵਕੂਫ਼ ਨਾ ਬਣਾ ਸਕਣ। ਮੇਰੀ ਸਿਰਫ ਇੱਕੋ ਇੱਕ ਬੇਨਤੀ ਆ, ਉਹਨਾਂ ਲੋਕਾਂ ਨੂੰ ਇੱਕ ਸਵਾਲ ਕੀਤਾ ਜਾਵੇ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਲਿੰਗ ਦਾ ਆਕਾਰ ਵਧਾ ਦਿੰਦੇ ਹਾਂ, ਬੂਬਸ ਦਾ ਸਾਈਜ਼ ਵਧਾ ਦਿੰਦੇ ਹਾਂ, ਤਾਂ ਕਿਉਂ ਨਾ ਆਪਾਂ ਉਹ ਲੋਕਾਂ ਦੇ ਘਰੇ ਚੱਲੀਏ ਅਤੇ ਅੰਕਲ ਜੀ ਨੂੰ ਕਹੀਏ ਵੀ ਅੰਕਲ ਜੀ ਕੱਛੀ ਲਾਓ ਆਪਦੀ ਅਤੇ ਅਸੀਂ ਦੇਖੀਏ ਵੀ ਤੁਹਾਡਾ ਘੋੜੇ ਬਰਾਬਰ ਹੈਗਾ ਕਿ ਨਹੀਂ। ਜੇ ਉਹ ਕਹੇ ਵੀ ਨਹੀਂ ਜੀ ਗੱਲ ਇਹ ਸਹੀ ਨਹੀਂ ਹੈਗੀ, ਤਾਂ ਫਿਰ ਆਪਾਂ ਕਹੀਏ ਤੂੰ ਆਪਦੀ ਆਂਟੀ ਨੂੰ ਬੁਲਾ, ਅਸੀਂ ਦੇਖੀਏ ਉਹਨਾਂ ਦੇ ਬੂਬਸ ਦਾ ਸਾਈਜ਼ ਕੀ ਹੈ, ਅਤੇ ਫਿਰ ਸਾਨੂੰ ਪਤਾ ਲੱਗੇ ਵੀ ਤੇਰੇ ਤਾਂ ਜਿਹੜਾ ਤੂੰ ਤੇਲ ਵੇਚ ਰਿਹਾ ਉਹਦੇ 'ਚ ਕਿੰਨਾ ਕੁ ਦਾਮ। ਇਹ ਸਿਰਫ ਇੱਕ ਪ੍ਰੋਡਕਟ ਬਣ ਕੇ ਮਾਰਕੀਟ 'ਚ ਵੇਚਣ ਦੇ ਸਿਲਸਿਲੇ ਨੇ, ਨੌਜਵਾਨੋ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਵਾ। ਲਿੰਗ ਦਾ ਆਕਾਰ ਤੁਹਾਡੇ ਜੈਨੇਟਿਕਸ, ਤੁਹਾਡੇ ਪੇਰੈਂਟਸ ਦੇ ਉੱਤੇ ਮੈਟਰ ਕਰਦਾ ਵਾ। ਮੋਰ ਓਵਰ ਕਈ ਲੋਕ ਹੱਥਰਸੀ ਕਰਕੇ, ਮਾਸਟਰਬੇਸ਼ਨ ਕਰਕੇ, ਓਵਰ ਮਾਸਟਰਬੇਸ਼ਨ ਕਰਨ ਦੇ ਨਾਲ ਲਿੰਗ ਦਾ ਆਕਾਰ ਟੇਢਾ ਕਰ ਲੈਂਦੇ ਆ, ਔਰ ਕਈ ਲੋਕ ਤਾਂ ਇਸ ਚੀਜ਼ ਨੂੰ ਵੀ ਕਲੇਮ ਕਰਦੇ ਵੀ ਮਾਸਟਰਬੇਸ਼ਨ ਕਰਦੇ ਰਹਿਣਾ ਚਾਹੀਦਾ ਵਾ ਕਿਉਂਕਿ ਉਹ ਮੈਂਟਲੀ ਰਿਲੀਜ਼ ਦਿੰਦੀ ਆ। ਤਾਂ ਮੈਂ ਉਹਨਾਂ ਨੂੰ ਇੱਕ ਸੁਝਾਅ ਦਿੰਦਾ ਵਾਂ ਜਿਹੜੇ ਸਾਡੇ ਬਜ਼ੁਰਗ ਦਿੰਦੇ ਸੀਗੇ, 18 ਸਾਲ ਦੀ ਉਮਰ ਹੁੰਦੇ ਸਾਰ ਤੁਸੀਂ ਵਿਆਹ ਕਰੋ, ਵਿਆਹ ਕਰਨ ਤੋਂ ਬਾਅਦ ਕਦੇ ਜ਼ਿੰਦਗੀ ਦੇ ਵਿੱਚ ਕੌਂਡਮ ਨਹੀਂ ਯੂਜ਼ ਕਰਨਾ। ਜੋ ਨੈਚੁਰਲ ਪ੍ਰੋਸੀਜਰ ਆ ਉਹਨੂੰ ਪਰਫੋਰਮ ਕਰੋ। ਜਦੋਂ ਤੁਹਾਡਾ ਬੇਬੀ ਹੋ ਜੂਗਾ, ਬੇਬੀ ਨੂੰ ਦੇਖ ਕੇ, ਜਿਹੜਾ ਛੋਟਾ ਬੱਚਾ ਤੁਹਾਡੀ ਜਦੋਂ ਹਥੇਲੀ 'ਚ ਆਊਗਾ, ਤੁਹਾਨੂੰ ਉਹਨੂੰ ਦੇਖ ਕੇ ਕਾਫੀ ਤਰ੍ਹਾਂ ਦੇ ਹਾਰਮੋਨਸ, ਤੁਹਾਡੇ ਕੈਮੀਕਲਸ ਦਿਮਾਗ ਦੇ ਵਿੱਚ ਰਿਲੀਜ਼ ਹੋਣਗੇ, ਤੁਹਾਡਾ ਫਿਊਚਰ ਇੱਕ ਬਿਲਡ ਹੋਣਾ ਸ਼ੁਰੂ ਹੋ ਜੂਗਾ, ਤੁਹਾਡੇ ਸਿਰ 'ਤੇ ਇੱਕ ਜ਼ਿੰਮੇਵਾਰੀ ਆ ਜੂਗੀ, ਤੁਹਾਡੀ ਸਾਰੀ ਦੀ ਸਾਰੀ ਲਾਈਫ 360 ਘੁੰਮ ਜੂਗੀ। ਬਟ ਅਗਰ ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਹੋ, ਸਕੂਲ 'ਚ ਪੜ੍ਹਦੇ ਹੋ, ਕਿਤੇ ਜੋਬ ਕਰਦੇ ਹੋ, ਔਰ ਇਹੀ ਗੱਲ ਦੇ ਡਿਪਰੈਸ਼ਨ 'ਚੋਂ ਵੀ ਮੇਰੀ ਕੋਈ ਸਹੇਲੀ ਨਹੀਂ ਹੈਗੀ, ਮੇਰੇ ਲਿੰਗ ਦਾ ਆਕਾਰ ਛੋਟਾ ਵਾ, ਤਾਂ ਤੁਸੀਂ ਇੱਕ ਸਵਾਲ ਮੇਰੇ ਕਹਿਣ 'ਤੇ ਆਪਦੇ ਆਪ ਨੂੰ ਪੁੱਛੋ ਵੀ ਬਾਈ ਜੀ ਜਿੱਦੇ ਉਮਰ ਹੋ ਗਈ 60 ਸਾਲ ਦੀ, ਉਹਦੇ ਅਸੀਂ ਕਿੱਥੇ ਖੜ੍ਹੇ ਹਾਂ? ਉਹ ਸੋਚ ਕੇ ਅੱਜ ਦੇ ਕਰਮ ਬਣਾਓ, ਆਉਣ ਵਾਲਾ ਫਿਊਚਰ ਤੁਸੀਂ ਆਪ ਲੋਕ ਹੋ। ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਦੇਖਣ ਵਾਸਤੇ ਚੈਨਲ ਨੂੰ ਫੋਲੋ ਜ਼ਰੂਰ ਕਰੋ, ਸਬਸਕ੍ਰਾਈਬ ਕਰੋ, ਔਰ ਇਹ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੇ ਕਰੋ ਜਿਹੜੇ ਲੋਕ ਇਸ ਤਰ੍ਹਾਂ ਦੀ ਸਥਿਤੀਆਂ ਦੇ ਵਿੱਚ ਉਲਝ ਜਾਂਦੇ ਨੇ ਜਾਂ ਉਲਝਣ ਤੋਂ ਆਪਾਂ ਬਚਾ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ।